ਬਾਈ ਅੱਜ ਅਸੀਂ ਜੰਗਲ ਜਿਹਨੂੰ ਕਹਿੰਦੇ ਟੱਪਦੇ ਹਾਂ, ਉਹ ਜਾਂਦਾ ਗਾਗੜੀ, ਉਹ ਉੱਤੇ ਦੋ ਬੰਦੇ ਉਹ ਨੇ ਪਹਾੜੀ 'ਤੇ, ਆਹ ਡੌਂਕਰ ਜਾ ਰਿਹਾ ਅਤੇ ਸਾਨੂੰ ਅੱਜ ਇਹਨੇ ਜੇ ਸਾਨੂੰ ਨਾ ਪਹੁੰਚਾਇਆ ਬਾਈ ਸਾਨੂੰ ਮੈਕਸੀਕੋ ਤਾਂ ਅੱਜ ਇਹ ਨਹੀਂ ਹੈਗਾ, ਅਸੀਂ ਤਾਂ ਊਂ ਵੀ ਫਿਰ ਤੁਹਾਨੂੰ ਪਤਾ ਹੀ ਸੱਪ ਸਲੂਮ ਦਾ ਡਰ ਬਹੁਤ ਲੱਗ ਰਿਹਾ, ਇੱਕ ਉਹ ਮੁੰਡਾ ਫਿਰ ਰਿਹਾ, ਤੂੰ ਤਾਂ ਖੜਾ ਸਾਲਾ ਇੱਥੇ ਕਿਹੜਾ ਕੁਛ ਦੇਖ ਰਿਹਾ, ਹਾਂ ਡੌਂਕਰ ਆ ਗਈ ਨਹਿਰ, ਚੱਲ ਬਈ ਜੰਗਲ ਦੇ ਬੱਚਾ ਉਹ ਮੇਰਿਆ ਸਾਲਿਆ ਬੋਲਦਾ ਕਿਉਂ, ਜੰਗਲਾਂ ਦੇ ਵਿੱਚ ਜਾ ਰਹੇ ਅਸੀਂ ਗਾਗੜੀ ਮੂਹਰੇ ਮੂਹਰੇ, ਉਹ ਡੌਂਕਰ ਉਹ ਜਾ ਰਿਹਾ, ਉਹ ਦੇਖੋ ਡੌਂਕਰ ਉਹ ਜਾ ਰਿਹਾ ਸਾਡੇ ਮੂਹਰੇ ਮੂਹਰੇ, ਉਹਨੂੰ ਕਹਿ ਕਹਿੰਦਾ ਮੈਨੂੰ ਪਤਾ ਜੇ ਸਾਨੂੰ ਕਿਸੇ ਨੂੰ ਗੋਲੀ ਮਾਰੀ ਇਹ ਨਹੀਂ ਸਾਲਾ ਵੱਜਦਾ, ਅਸੀਂ ਤਿੰਨ ਜਾਣੇ ਆ ਨਾ, ਇੱਧਰ ਇਹ ਸਾਲਾ ਵਿਦੇਸ਼ਾਂ 'ਚ ਵੀ ਸੁੱਖਾ ਬਹੁਤ ਆ ਓਏ, ਓਏ ਹੋਏ 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 ਜੰਗਲਾਂ ਯਾਰ ਡਰ ਵੀ ਲੱਗਦਾ, ਸੱਪ ਸਲੂੰਦਰ ਸਾਰਾ ਕੁਛ ਖੋਲਿਆ ਭੈਣ ਚੋਰ ਨੇ, ਕਹਿੰਦਾ ਵੀ ਜਿੰਨਾ ਵਜਨ ਹੋਊਗਾ ਓਨਾ ਤੁਸੀਂ ਘੱਟ ਤੁਰੋਗੇ, ਜੰਗਲੇ ਜੰਗਲ ਦੇਖੋ ਹੁਣ ਉਹ ਉੱਤੇ ਇੱਕ ਪਾਟੜੀ ਆ ਜਿਹਤੇ ਲੈ ਕੇ ਜਾ ਰਿਹਾ ਡੌਂਕਰ, ਜੰਗਲਾਂ ਦੇ ਵਿੱਚ ਆਉਂਦੀ ਸਾਨੂੰ ਘੱਟੋ ਘੱਟ ਵੀਰੇ 15 ਦਿਨ ਹੋ ਗਏ ਜੰਗਲਾਂ ਦੇ ਵਿੱਚ, ਆਹ ਜੰਗਲ ਵਿੱਚ ਧੱਕੇ ਖਾਂਦੇ ਨੂੰ, ਆਹ ਮਿਲ ਗਿਆ ਆਹ ਦੇਖੋ ਰਸਤਾ, ਅਸੀਂ ਡਾਂਗਾਂ ਰੱਖੇ ਨੇ ਕਿਉਂਕਿ ਸੱਪ ਸੁੱਪ ਆ ਸਕਦਾ, ਅਤੇ ਆਹ ਮੂਹਰੇ ਡੌਂਕਰ ਜਾ ਰਿਹਾ, ਇੱਧਰ ਅਸੀਂ ਅੱਜ ਮੈਕਸੀਕੋ ਪਹੁੰਚਣਾ ਹੀ ਪਹੁੰਚਣਾ, ਭੈਣ 'ਚ 40-40 ਲੱਖ ਲਾ ਕੇ ਧੱਕੇ ਇੱਥੇ ਖਾ ਰਹੇ ਨੇ ਇਹ, ਅਸੀਂ ਘੱਟੋ ਘੱਟ 35 ਜਾਣੇ ਅਤੇ 35 ਜਾਣਿਆਂ 'ਚ ਹੁਣ ਅਸੀਂ 4 ਬਚਿਆ, ਅਤੇ ਡੌਂਕਰ ਉਹ ਭੈਣ 'ਚ ਉਹ ਮੂੰਹ ਜਿਹਾ ਉੱਤੇ ਨੂੰ ਬਣਾ ਕੇ ਪਤਾ ਨਹੀਂ ਕੀ ਦੇਖ ਰਿਹਾ, ਇੱਧਰ ਭੁੱਖ ਲੱਗੀ ਆ ਕਹਿੰਦੇ ਵਿਦੇਸ਼ਾਂ 'ਚ ਅੰਬ ਹੈ ਨਹੀਂ, ਕੁਛ ਨਹੀਂ ਹੈਗਾ ਇੱਥੇ ਤਾਂ, ਆ ਗਏ ਅਸੀਂ।